ਜਦੋਂ ਪਤਾ ਲੱਗਿਆ ਕਿ ਇੱਕ ਉਦੋਂ ਤਾਂ ਇਸ ਤਰ੍ਹਾਂ ਲੱਗਦਾ ਸ਼ਾਇਦ ਕਿਸੇ ਨੇ ਅਫਵਾਹ ਕੋਈ ਫੈਲਾ ਦਿੱਤੀ, ਕਿਉਂਕਿ ਹਜੇ ਕੋਈ ਲੱਗਦਾ ਹੀ ਨਹੀਂ ਸੀਗਾ ਵੀ ਇਸ ਤਰ੍ਹਾਂ ਦੀ ਕੋਈ ਸੰਭਾਵਨਾ, ਉਹ ਕਦੇ ਕਾਨੂੰਨ ਰੱਦ ਕਰ ਦਿੱਤੇ ਹੈਗੇ ਵੀ ਇਸ ਤਰ੍ਹਾਂ ਕਿਵੇਂ ਹੋ ਗਿਆ, ਨਾ ਕੋਈ ਜਥੇਬੰਦੀਆਂ ਨੇ ਕੋਈ ਆ ਕੇ ਦੱਸਿਆ। ਮਨ ਨੂੰ ਇੱਕਦਮ ਹੁਲਾਰਾ ਜਿਹਾ ਅੰਦਰੋਂ ਮਿਲਿਆ ਅਤੇ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਗੇ ਵੀ ਅਸੀਂ ਵੀ ਆਪਣੇ ਘਰਾਂ ਨੂੰ ਜਾ ਪਾਵਾਂਗੇ ਵੱਡੇ। ਦੇਸ਼ ਦਾ ਰਾਜਾ ਜਿਹੜਾ ਸਾਲ ਤੱਕ ਲੋਕਾਂ ਨੂੰ ਸਮਝਾਉਂਦਾ, ਉਹਨੂੰ ਆਖਿਰ 'ਤੇ ਇਹ ਕਹਿਣਾ ਪੈ ਗਿਆ ਕਿ ਮੈਂ ਸਮਝਾਉਣ ਵਿੱਚ ਅਸੀਂ ਅਸਫਲ ਰਹੇ। ਚੜ੍ਹ ਤੇ ਮੈਂ ਬਾਈ ਲੱਖੇ ਦੇ ਜੱਥੇ ਵਿੱਚ ਆਇਆ ਸੀਗਾ ਅਤੇ ਇੱਥੇ ਮਿੱਤਰਾਂ ਨਾਲ ਪਿਆਰ ਪੈ ਗਿਆ ਅਤੇ ਉਸ ਤੋਂ ਬਾਅਦ ਮੇਰੀਆਂ ਦੋ ਬੇਟੀਆਂ ਇੱਥੇ ਮਹੀਨਾ ਮੇਰੇ ਨਾਲ ਲਾ ਕੇ ਗਈਆਂ। ਦੋਲਨ ਦੀ ਸੇਵਾ ਦੇ ਵਿੱਚ ਤਾਂ ਆਪਾਂ ਸਾਰੇ ਪਰਿਵਾਰ ਚੱਲਦੇ ਹਾਂ। ਇਸ ਗੱਲ ਦਾ ਜਦੋਂ ਆਂਢ ਗੁਆਂਢ ਪਤਾ ਲੱਗ ਗਿਆ ਅਤੇ ਉਹ ਮਖੌਲ ਡਾਉਣ ਲੱਗ ਗਏ ਕਿ ਵਿੱਚੋਂ ਇੱਕ ਤਾਂ ਪਹਿਲੀ ਗੱਲ ਇਹ ਕਹਿੰਦੇ ਕਿਸਾਨਾਂ ਦਾ ਮਸਲਾ ਵਾ, ਦੂਜੀ ਗੱਲ ਆ ਵੀ ਕਹਿੰਦੇ ਵੀ ਕਾਨੂੰਨ ਕਹਿੰਦਾ ਗਾਹਲੇ ਰੱਦ ਹੋਣੇ, ਜਿਹੜੇ ਇੱਕ ਵਾਰ ਪਾਸ ਹੋ ਜਾਣ ਕਾਨੂੰਨ ਰੱਦ ਨਹੀਂ ਹੁੰਦੇ ਹੈਗੇ, 7 ਮਹੀਨੇ ਤੋਂ ਬਿਲਕੁਲ ਘਰ ਨਹੀਂ ਗਏ ਹੈਗੇ। ਲੋਕਾਂ ਦੀ ਜਿੱਤ ਹੋਈ ਆ ਅਤੇ ਸੱਚ ਦੀ ਜਿੱਤ ਹੋਈ ਆ। ਲਗਭਗ 5000 ਤੋਂ ਉੱਪਰ ਗਿਣਤੀ ਦੇ ਵਿੱਚ ਕਿਤਾਬਾਂ ਹੈਗੀਆਂ ਵਾ ਅਤੇ ਜਾਂਦੇ ਲੋਕ ਪੜ੍ਹਨ ਵਾਸਤੇ ਲੈ ਕੇ ਜਾਂਦੇ ਆ, ਤੁਹਾਡੇ ਮੂਹਰੇ ਮੂਹਰੇ ਵੀ ਲੈ ਕੇ ਗਏ ਹੈਗੇ। ਬੜਾ ਚੰਗਾ ਲੱਗਿਆ ਕਿ ਅਸੀਂ ਆਪਣੀ ਹੋਂਦ ਨੂੰ ਬਚਾਉਣ ਵਿੱਚ, ਹੋਂਦ ਦੀ ਲੜਾਈ ਵਿੱਚ ਕਾਮਯਾਬ ਹੋਏ। ਜਦੋਂ ਪਤਾ ਲੱਗਿਆ ਕਿ ਉਦੋਂ ਤਾਂ ਇਸ ਤਰ੍ਹਾਂ ਲੱਗਦਾ ਸ਼ਾਇਦ ਕਿਸੇ ਨੇ ਅਫਵਾਹ ਕੋਈ ਫੈਲਾ ਦਿੱਤੀ, ਕਿਉਂਕਿ ਹਜੇ ਕੋਈ ਲੱਗਦਾ ਹੀ ਨਹੀਂ ਸੀਗਾ ਵੀ ਇਸ ਤਰ੍ਹਾਂ ਦੀ ਕੋਈ ਸੰਭਾਵਨਾ, ਉਹ ਕਦੇ ਕਾਨੂੰਨ ਰੱਦ ਕਰ ਦਿੱਤੇ ਹੈਗੇ ਵੀ ਇਸ ਤਰ੍ਹਾਂ ਕਿਵੇਂ ਹੋ ਗਿਆ, ਨਾ ਕੋਈ ਜਥੇਬੰਦੀਆਂ ਨੇ ਕੋਈ ਆ ਕੇ ਦੱਸਿਆ। ਇੱਕ ਬਜ਼ੁਰਗ ਸਾਡੇ ਤਾਂ ਸੰਤੋਖ ਸਿੰਘ ਬਾਪੂ ਜੀ ਰਹਿੰਦੇ ਹੈਗੇ ਆ, ਉਹ ਮਤਲਬ ਕੁੱਦਣ ਲੱਗ ਗਏ ਖੁਸ਼ੀ ਦੇ ਵਿੱਚ। ਮੈਂ ਕਿਹਾ ਕੀ ਹੋਇਆ ਬਾਪੂ ਜੀ? ਕਹਿੰਦਾ ਹੋ ਗਈ ਜਿੱਤ ਆਪਣੀ। ਮੈਂ ਕਿਹਾ ਬਾਪੂ ਜੀ ਤਾਂ ਵੈਸੇ ਵੀ ਹਰ ਰੋਜ਼ ਨਾ ਥੋੜ੍ਹੇ ਜਿਹੇ ਰਹਿੰਦੇ ਆ ਚੜ੍ਹਦੀ ਕਲਾ ਦੇ ਵਿੱਚ, ਪਰ ਨਾਲ ਦੇ ਕਿਸੇ ਹੋਰ ਮੁੰਡੇ ਨੇ ਵੀ ਉਹਨੂੰ ਦੱਸਿਆ, ਕਹਿੰਦਾ ਵੀ ਜਿੱਤ ਹੋ ਗਈ ਆਪਣੀ। ਇਸ ਤਰ੍ਹਾਂ ਕਰਦੇ ਕਰਦੇ ਚਾਰੇ ਪਾਸੋਂ ਖਬਰਾਂ ਆਉਣ ਲੱਗ ਗਈਆਂ ਵੀ ਆਪਣਾ ਮਤਲਬ ਜਿੱਤ ਹੋ ਗਈ। ਬਾਅਦ ਵਿੱਚ ਮਨ ਨੂੰ ਇੱਕਦਮ ਹੁਲਾਰਾ ਜਿਹਾ ਅੰਦਰੋਂ ਮਿਲਿਆ ਅਤੇ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਗੇ ਵੀ ਅਸੀਂ ਵੀ ਆਪਣੇ ਘਰਾਂ ਨੂੰ ਜਾ ਪਾਵਾਂਗੇ। ਵੱਡੀ ਗੱਲ ਹੈ ਕਿ ਪੰਜਾਬ ਨੂੰ, ਹਰਿਆਣੇ ਨੂੰ, ਜਿੰਨੇ ਲੋਕ ਇੱਥੇ ਜੁੜੇ ਉਹਨਾਂ ਨੂੰ ਬੜਾ ਮਤਲਬ ਕਿ ਸਿਹਰਾ ਮਿਲਿਆ ਕਿ ਜੇ ਅਸੀਂ ਕੁਛ ਕੋਸ਼ਿਸ਼ ਕੀਤੀ ਸੀ ਅੱਗੇ ਵਧੇ ਅਤੇ ਕਾਨੂੰਨਾਂ ਨੂੰ ਰੱਦ ਕਰਾਇਆ ਹੈਗਾ। ਅਤੇ ਹਾਂਜੀ, ਖੁਸ਼ੀ ਬਹੁਤ ਜ਼ਿਆਦਾ ਹੋਈ, ਪਰ ਜਿੰਨਾ ਚਿਰ ਸਾਨੂੰ ਲਿਖਤੀ ਰੂਪ 'ਚ ਇਹ ਨਹੀਂ ਮਿਲਦਾ ਕਿ ਹਾਂ ਕਿ MSP ਮਤਲਬ ਜਿਹੜਾ ਹੈਗਾ ਵਾ ਜੋ ਕਿਸਾਨਾਂ ਦੀ, ਹਾਂਜੀ, ਜਿੰਨਾ ਚਿਰ ਲਿਖਤੀ ਰੂਪ 'ਚ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਨੂੰ ਹਜੇ ਅਧੂਰੀ ਸਮਝਦੇ। ਵੈਸੇ ਆਸ ਵੱਜ ਗਈ ਕਿਉਂਕਿ ਉਹਨੇ ਕਬੂਲ ਕਰ ਲਿਆ, ਇਹ ਵੀ ਕਬੂਲ ਕਰਨਾ ਵੱਡੀ ਗੱਲ ਆ ਕਿ ਇੱਕ ਦੇਸ਼ ਦਾ ਰਾਜਾ ਜਿਹੜਾ ਸਾਲ ਤੱਕ ਲੋਕਾਂ ਨੂੰ ਸਮਝਾਉਂਦਾ, ਉਹਨੂੰ ਆਖਿਰ 'ਤੇ ਇਹ ਕਹਿਣਾ ਪੈ ਗਿਆ ਕਿ ਮੈਂ ਸਮਝਾਉਣ ਵਿੱਚ ਅਸੀਂ ਅਸਫਲ ਰਹੇ। ਦੱਸੋ ਕੌਣ ਕੌਣ ਆਏ ਸੀ ਧਰਨੇ ਦੇ ਵਿੱਚ? ਆਪਾਂ ਪਹਿਲਾਂ ਵੀ ਇੰਟਰਵਿਊ ਕੀਤੀ ਸੀ, ਉਹ ਵੀ ਪ੍ਰੋ ਪੰਜਾਬ TV ਤੇ ਦੇਖੀ ਦਰਸ਼ਕਾਂ ਨੇ, ਕੌਣ ਕੌਣ ਆਏ ਸੀ ਧਰਨੇ ਦੇ ਵਿੱਚ? ਹਾਂਜੀ, ਸਟਾਰਟ ਤੇ ਮੈਂ ਬਾਈ ਲੱਖੇ ਦੇ ਜੱਥੇ ਵਿੱਚ ਆਇਆ ਸੀਗਾ ਅਤੇ ਇੱਥੇ ਮਿੱਤਰਾਂ ਨਾਲ ਪਿਆਰ ਪੈ ਗਿਆ ਅਤੇ ਉਸ ਤੋਂ ਬਾਅਦ ਮੇਰੀਆਂ ਦੋ ਬੇਟੀਆਂ ਇੱਥੇ ਮਹੀਨਾ ਮੇਰੇ ਨਾਲ ਲਾ ਕੇ ਗਈਆਂ। ਇਹ ਵੱਡੀ ਬੇਟੀ ਆ, ਇਹਦਾ ਗੁਰਜਸਪ੍ਰੀਤ ਕੌਰ ਆ, ਇਹ ਪ੍ਰਭਜੋਤ ਕੌਰ ਆ, ਦੋ ਬੇਟੀਆਂ ਇਹ ਔਰ ਮਹੀਨਾ ਲਾ ਕੇ ਗਏ ਸੀ, ਇਹ ਮਹੀਨਾ ਲਾ ਗਏ। ਉਸ ਤੋਂ ਬਾਅਦ ਕੁਛ ਦਿਨਾਂ ਸਾਨੂੰ ਪਿੰਡ ਕੰਮ ਪੈ ਗਿਆ ਅਤੇ ਦੁਬਾਰਾ ਫਿਰ ਮੇਰੇ ਘਰ ਦੇ ਵੀ ਕਹਿੰਦੇ ਵੀ ਜੇ ਤੁਸੀਂ ਦੁਬਾਰਾ ਫਿਰ ਜਾਣਾ ਹੈਗਾ ਵੀ ਇਸ ਅੰਦੋਲਨ ਦੀ ਸੇਵਾ ਦੇ ਵਿੱਚ ਤਾਂ ਆਪਾਂ ਸਾਰੇ ਪਰਿਵਾਰ ਚੱਲਦੇ ਹਾਂ। ਇਸ ਗੱਲ ਦਾ ਜਦੋਂ ਆਂਢ ਗੁਆਂਢ ਪਤਾ ਲੱਗ ਗਿਆ ਅਤੇ ਉਹ ਮਖੌਲ ਡਾਉਣ ਲੱਗ ਗਏ ਕਿ ਵਿੱਚੋਂ ਇੱਕ ਤਾਂ ਪਹਿਲੀ ਗੱਲ ਇਹ ਕਹਿੰਦੇ ਕਿਸਾਨਾਂ ਦਾ ਮਸਲਾ ਵਾ, ਦੂਜੀ ਗੱਲ ਆ ਵੀ ਕਹਿੰਦੇ ਵੀ ਕਾਨੂੰਨ ਕਹਿੰਦਾ ਗਾਹਲੇ ਰੱਦ ਹੋਣੇ, ਜਿਹੜੇ ਇੱਕ ਵਾਰ ਪਾਸ ਹੋ ਜਾਣ ਕਾਨੂੰਨ ਰੱਦ ਨਹੀਂ ਹੁੰਦੇ ਹੈਗੇ ਤਾਂ ਤੁਸੀਂ ਤਾਂ ਬੇਵਕੂਫੀ ਕਰਦੇ ਹਾਂ। ਅਸੀਂ ਕਿਹਾ ਵੀ ਅਸੀਂ ਬੇਸ਼ੱਕ ਖੇਤੀ ਨਹੀਂ ਕਰਦੇ ਪਰ ਕਿਸਾਨਾਂ ਦੇ ਵਿੱਚ ਰਹਿੰਦੇ ਹੈਗੇ ਹਾਂ, ਕਿਸਾਨਾਂ ਦੁਆਰਾ ਅਸੀਂ ਬਹੁਤ ਕੁਝ ਕੰਮ ਕਰਕੇ ਸਾਡੇ ਪਰਿਵਾਰਾਂ ਨੇ ਵੀ ਜੱਦੀ ਬੱਦੀ ਕਿਸਾਨਾਂ ਦੇ ਨਾਲ, ਸਾਡਾ ਲੱਕੜ ਦਾ ਕੰਮ ਮੈਂ ਕਰਦਾ, ਸਾਡੇ ਦਾਦੇ ਪੜਦਾਦੇ ਵੀ CP ਦਾ ਕੰਮ ਕਰਦੇ ਸੀ ਅਤੇ ਕਿਸਾਨਾਂ ਨਾਲ ਬਹੁਤ ਚੰਗਾ ਰਾਬਤਾ ਸੀਗਾ ਉਹਨਾਂ ਦੇ ਨਾਲ, ਮਿਸਤਰੀ ਹੈਗੇ ਆ। ਅਤੇ ਸਾਡਾ ਲੱਗਿਆ ਸਾਨੂੰ ਕਿ ਜੇ ਕਿਸਾਨਾਂ ਇਸ ਮਤਲਬ ਧਰਨੇ ਦੇ ਜਾ ਰਹੇ ਹੈਗੇ ਆ ਅਤੇ ਇਹਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਹੈਗੀ ਆ, ਮਜ਼ਦੂਰਾਂ ਨੂੰ ਵੀ, ਹੋਰ ਕੰਮ ਕਰਨ ਵਾਲਿਆਂ ਨੂੰ, ਬੱਚਿਆਂ ਨੂੰ ਲੈ ਕੇ ਆ ਗਏ। ਫਿਰ ਅਸੀਂ ਇੱਥੇ ਸਾਰੇ ਆ ਗਏ। ਕੌਣ ਕੌਣ ਆ, ਮੈਨੂੰ ਨਾਮ ਵੀ ਦੱਸਿਓ, ਕੌਣ ਕੌਣ ਆ? ਮੇਰੀ ਬੇਟੀ ਜਸਪ੍ਰੀਤ ਕੌਰ, ਹਰਮਨਤ ਕੌਰ, ਹਰਵੀਰ ਕੌਰ, ਪ੍ਰਭਜੋਤ ਕੌਰ ਅਤੇ ਮੇਰੇ ਘਰ ਸੰਦੀਪ ਕੌਰ। ਮੈਂ ਗੱਲ ਵਿੱਚ ਵਿਚਾਲੇ ਛੱਡ ਦਿੱਤੀ ਕਿ ਲੋਕਾਂ ਨੇ ਜਦੋਂ ਇਹ ਕਿਹਾ ਕਿ ਇਹ ਰੱਦ ਨਹੀਂ ਹੋਣੇ ਤਾਂ ਅਸੀਂ ਕਿਹਾ ਵੀ ਅਸੀਂ ਹੁਣ ਚੱਲੇ ਹੈਗੇ ਹਾਂ, ਮੁੜਾਂਗੇ ਉਦੋਂ ਜਦੋਂ ਕਾਨੂੰਨ ਰੱਦ ਹੋਣਗੇ। ਉਦੋਂ ਲੱਗਦਾ ਸੀ ਵੀ ਇੱਕ ਅੱਧੇ ਮਹੀਨੇ ਵਿੱਚ ਹੋ ਹੀ ਜਾਣਗੇ ਰੱਦ, ਪਰ ਅੱਜ ਸਾਨੂੰ ਹੁਣ 7 ਮਹੀਨੇ ਪੂਰੇ ਹੋ ਜਾਣੇ ਹੈਗੇ, ਇੱਥੇ ਕੁਝ ਦਿਨ ਪਏ ਹੈਗੇ ਆ, 7 ਮਹੀਨੇ ਵੀ ਪੂਰਾ ਹੋਣ ਵਾਲਾ ਨਹੀਂ, ਦੁਬਾਰਾ ਆਇਆ ਨੂੰ ਪੂਰੇ ਤੁਹਾਨੂੰ ਪਰਿਵਾਰ ਸਮੇਤ 7 ਮਹੀਨੇ ਹੋ ਗਏ। ਪਹਿਲਾ ਮਹੀਨਾ ਮੈਂ ਲਾਏ ਉਹ ਸਾਰਾ ਅੰਦੋਲਨ ਨੂੰ ਇੱਥੇ ਦਿੱਲੀ ਵਿੱਚ 26 ਤਰੀਕ ਨੂੰ, ਸੱਤ ਮਹੀਨੇ ਤੋਂ ਬਿਲਕੁਲ ਘਰ ਨਹੀਂ ਗਏ ਹੈਗੇ। ਅੱਜ ਮੇਰੀ ਭੈਣ, ਇਹਨਾਂ ਦੀ ਭੂਆ ਆਏ ਕੁਛ ਦਿਨਾਂ ਨੂੰ ਕੱਪੜੇ ਦੇ, ਕਿਉਂ ਸਾਨੂੰ ਤਾਂ ਕੱਪੜਿਆਂ ਦੀ ਵੀ ਸੁੱਧ ਬੁੱਧ ਨਹੀਂ ਰਹੀ, ਅੰਦੋਲਨ ਵਿੱਚ ਸੀਗੇ ਬਹੁਤਾਂ ਨੇ ਤਾਂ ਇੱਥੇ ਵੀ ਅੰਦੋਲਨ ਦੇ ਵਿੱਚ ਮਤਲਬ ਕਿ ਇਸ ਤਰੀਕੇ ਨਾਲ ਕਿਹਾ ਵੀ ਤੁਸੀਂ ਪਿੰਡ ਪੁੰਡ ਜਾ ਆਓ, ਪਰ ਸਾਡੇ ਅਸੀਂ ਮੁੜਦੇ ਕਿਵੇਂ? ਉੱਥੇ ਤਾਨਿਆਂ ਨਾਲ ਲੋਕਾਂ ਨੇ ਮਾਰ ਦੇਣਾ ਸੀਗਾ ਵੀ ਕਿਉਂ ਕਰਾ ਲਿਆ ਰੇ ਰੱਦ,
मन लगना नहीं सी अभी हम जित हारा मर जम मतलब जोना मरना इतें ही आ बड़ा मन उतरवास मिले कल जो एक खुशखबरी मिली तो खुशी के हंझू भी डिगे पर हम धन्यवाद सारे तरह के जिन्हें भी मतलब लोग अलग अलग मिशन के जुड़े हुए भी आ कोई जथेबंदियां कोई अलग तौर पर किसी का ग्रुप आता कोई नौजवान ज़्यादा पब्लिक जी मशहूरी आदि मगर यूथ भी हैगा वा सारे आप धन्यवाद करते हैं किसी एक सिरा नहीं मिले ये लोगों की जित हुई आ सच की जित हुई आ जित हुई है सच की जित हुई है चार बेटिया ने भाई हुणा दे भाई कुलदीप दे ये चारों बेटिया और इन्हों की पत्नी इस संघर्ष के पिछले सत्त महीनों तो लगातार डट के बैठे है घर एक बार भी वापस नहीं गए जो तो शुरुआत दे विच जत्थे च आए सी तां महीना महीना ला के गए फिर इन्हों की पत्नी कहिंदे कि नाल इन्हां दे दो बेटियां आईयां सी दो बेटियां घर सीगियां पत्नी इन्हां दी घर सी फिर कहिंदे कि असीं भी नाल जाणा तो फिर वह भी नाल आए उन्हां नाल भी गलबात करांगे तुसीं जदों कहा कि असीं भी जाणा धरने दे विच धरने दे विच सौखे सा ही लैके आ गए सी तुहानूं फिर हाँ जी सौखे जी हाँ जी बच्चिया कहिंदियां भी असीं सारे नाल चले खुशी सी मैं इन्हां नूं रोकना चाहिया भी तुसीं रहण दो इन्हां दी भूआ जी ने कहा भी तुसीं छोटे बच्चे रहण दो पर इह तां कहिंदे जाणा ही जाणा हैगा नाल सो गए इत्थे सानूं कई तरह के सेवावां करन दा मौका मिलिया बाहर साडी पानी दी सेवा लाई 24 घंटे संगत दे पानी ये किताबा फ्री दें सुहांजना दरख्त पाउडर लोड़वंदों को दें बीज दें उन्होंने बारे समझाने कि अभी तंदुरुस्त रहना बड़े हस्पताल किताबा ने थोड़े को लगभग 5000 तो उपर गिनती किताबा है वाते लोग पढ़ने वास्त लैके जाते हैं तो मूहे मूहे भी लैके गए है हर रोज़ आते लोग तो किताबा ले आते आपका टाइम भी पास उन्होंने पास होंगे वा इस ज्ञान भी मिलता हर विषय की किताब इतने रखी हुई भी गलबात करा की कहोगे थोड़े पिता जी लेके आए थे धरने दे विच तुसीं आए जदों नाल की देखिया फिर आके इत्थे लंबा टाइम हो गया हुण तां मोर्चा मोर्चा अच्छा लंबा टाइम हो गया इत्थे बैठे बोलदे ने बच्चे गलबात करदे गलबात घट करदे हैगे आ ओ सेवावां दे विच लगातार लगे रहे लाइब्रेरी सारी इही संभालदे आ वीट ग्रास दी आपां बाहर उगाउणा शुरू कर दित्ता हैगा एक दो दिनां दे विच पियाउणा शुरू कर दांगे मैनूं दसो वापस कदों जाणा घर नूं जित हो गई हम आप जल्द गई बस चले जाना पिंडा नूं हाँ जी देखो बहुत सारे लोग इत्थे आए बहुत सारे यहो जिहे किरदार भी देखे जिहड़े आए लग्या कि चलो ये तो 10-15 दिन की खेड होनी है वापस मुड़ जाना समझ के आया सीगा चल महीने हो जाएगा यार वड्डा हौसला करके बैठे रहे तुसीं 7 महीने तो एक बार भी घर नहीं गए तुसीं फिर क्योंकि लक्कड़ का काम करते सीगे ते फिर काम काज भी सारा ठप हो गया होना यह हौसला दा ना परमात्मा बख्शे कोई भी कार्ज परमात्मा करवाउंदा चाहुंदा हर कोई आ मैं कोई विशेष कार्ज करा तां जो समाज की बेहतरी कोई विशेष कार्ज करदा पर हर कोई मौके नहीं मिलते असीं परमात्मा दा धन्नवाद करदे आ साढ़े नाल दे मित्रां दा धन्नवाद करदे आ जिन्हां दे नाल जुड़ के मतलब कम्यूनिटी दे विच इक चंगा काम कर पाए गुजारा किदां करिया इह दस्सो मैनूं नहाउण दा रहण दा खाण पीण दा किवें इंतजाम हुंदा देखो जी इत्थे गुरु नानक पातशाह दे बड़े बड़े लंगर लगे हुए वे आ नहाउण तों उहनूं ज़्यादातर खालसा अड्डे लो चंगीयां सेवावां दित्तियां जा रहियां हैगियां उत्थे नहाउण तों बाथरूम बणे हुए आ होर वी अलग अलग जगह आ कठिनाई तां होई आ हुण अगे वाले समें च होर होएगी क्योंकि सर्दी आ खुले च नहाउणा थोड़ा औखा हो जांदा हैगा कई है ना ते पर फिर भी आ कि परमात्मा बल बख्शदा तां सारे वसीले बना दिंदा असीं परमात्मा ने सानू कोशिश करन दा एक मत बुद्धि बख्शी असीं कीती उहने बल बख्शिया ते कई तरह दीआं सेवावां कीतीआं ते तुहाडा वी भरावां दा सारा धन्नवाद जिन्हां ने सानू साडे कीते होए कम्मां नूं लोकां तक पहुँचाया दस्सिया उहनां नूं कि इस तरह परिवार बैठे हुए वे होर वी आउण सानू देख के बहुत परिवार इत्थे आए हैगे अंदोलन दे विच सानू मिल के वी जांदे रहे हैगे आ ते लो बहुत अज खुशी की गल आ कि जी उम्मीद जी नहीं कर सकते कि पता नहीं अंदोलन की दिशा की होगी किधर नूं जाऊगा पर हुण आस वज गई आ ते बस होर महीने खंड दे विच अपना चाले पा देणगे जित हो ही जाणी हैगी हुण उहनां नूं जवाब की देणा जिहड़े कहिंदे सी इह तां अंदोलन नूं लै के गल्लां करदे सी जिहड़े जवाब तां परमात्मा ने दित्ता हैगा कि उहनां दे मूंह मतलब मैं तां कोई माड़ा लफ्ज़ बोलणा ही नहीं है वी उहनां दे की आ पर उहनां नूं जवाब अपने आप ही मिल गया कि इरादा नेक होवे दिल च जज्बा होवे कुछ लोगों के लिए कम करन वास्ते परमात्मा जित बख्शदा यह अंदोलन परमात्मा वालों चलाया हुआ लोगों बख परखण दे लई कि लोग की कर सकते हैं पंजाब नूं सिरा दवाया ता कि पिछला इतिहास फिर दोहराया जा सके कि पंजाब ने हुण तक होरां दे लई लड़ाइयां लड़ियां वा यह लड़ाई मान लो हार भी जाते किसानों ने इन्ना फर्क नहीं पैना क्योंकि अपनी जमीन के बहुत कुछ उगा लेंगे दालां कपड़े सारा कुछ जमीन के पैदा होंदा हैगा पर जो रोज़ खरीद के जो खाते है लोग उन्होंने ज़्यादा महत्वपूर्ण सीगा ते सो बड़ा चंगा लग्या कि असीं अपनी होंद नूं बचाउण विच होंद दी लड़ाई विच कामयाब होए हैगे।
ਬਈ ਕੁਲਦੀਪ ਹੁਣੀ ਨੇ ਜਦੋਂ ਇਸ ਧਰਨੇ ਦਾ ਇਤਿਹਾਸ ਲਿਖਿਆ ਜਾਏਗਾ ਤਾਂ ਇਹੋ ਜਿਹੇ ਕਿਰਦਾਰਾਂ ਦਾ ਰੋਲ ਜੋ ਹੈ ਉਹ ਜ਼ਰੂਰ ਯਾਦ ਕੀਤਾ ਜਾਏਗਾ, ਉਹ ਜ਼ਰੂਰ ਲਿਖਿਆ ਜਾਏਗਾ, ਕਿਉਂਕਿ ਚਾਰ ਬੇਟੀਆਂ ਨੇ ਕੁਲਦੀਪ ਸਿੰਘ ਹੁਣਾਂ ਦੇ ਆਪਣੀ ਪਤਨੀ ਨੂੰ ਤੇ ਚਾਰੇ ਬੇਟੀਆਂ ਨੂੰ ਲੈ ਕੇ ਪਿਛਲੇ 7 ਮਹੀਨਿਆਂ ਤੋਂ ਧਰਨੇ ਦੇ ਵਿੱਚ ਡਟ ਕੇ ਬੈਠੇ ਨੇ। ਇੱਕ ਵਾਰ ਵੀ ਘਰ ਨਹੀਂ ਗਏ, ਜਦੋਂ ਆਏ ਸੀ ਉਦੋਂ ਦੋ ਬੇਟੀਆਂ ਨਾਲ ਆਈਆਂ ਸੀ, ਮਹੀਨਾ ਲਾ ਕੇ ਗਏ, ਫਿਰ ਪਿੰਡ ਵਾਲੇ ਕਹਿੰਦੇ ਕਿ ਤਾਂ ਐਵੇਂ ਤੁਰਿਆ ਫਿਰਦਾ ਉੱਥੇ ਕੀ ਨਿਕਲਣਾ, ਕੁਝ ਲੋਕਾਂ ਨੇ ਉਹੋ ਜਿਹੀਆਂ ਗੱਲਾਂ ਕੀਤੀਆਂ। ਪਰ ਬਾਈ ਹੁਣੀ ਕਹਿੰਦੇ ਆ ਕਿ ਪਰਮੇਸ਼ਰ ਤੇ ਭਰੋਸਾ ਸੀ, ਕਿਸਾਨਾਂ ਦੀ ਜਿੱਤ ਹੋਈ ਹੈ ਔਰ ਹੁਣ ਜਿੱਤ ਕੇ ਹੀ ਕਹਿੰਦੇ ਵਾਪਸ ਮੁੜਨਾ। ਕੈਮਰਾ ਪਰਸਨ ਮਨਪ੍ਰੀਤ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।